मेरे अत सत्कार योग वीर छोटे वीर सरदार मनमोहन सिंह पोपली जिन्हों का एक बहुत बड़ा योगदान है। तुसीं वेख्या होगा यूट्यूब ते भाई साहब जी ने इन्नी मेहनत करके तुहाडे लखनऊ दे जां आस पास दे शहरां दे जिन्ने भी लाइव प्रोग्राम होंदे ने कीर्तन दरबारां दे उन्हां सारयां प्रोग्रामां नूं रिकॉर्डिंग करके आप यूट्यूब ते अपलोड करदे ने। ਇਹ ਉਹਨਾਂ ਦੀ ਅਣਥਕ ਸੇਵਾ ਹੈ ਔਰ ਇਸ ਸੇਵਾ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਲਾਲਚ ਨਹੀਂ, ਕੋਈ ਸਵਾਰਥ ਨਹੀਂ। ਮਾਲਕ ਕਿਰਪਾ ਕਰੇ ਇਹਨਾਂ ਨੂੰ ਹੋਰ ਵਧੇਰੇ ਸੇਵਾ ਕਰਨ ਦਾ ਬਲ, ਉਦਮ, ਤਾਕਤ ਬਖਸ਼ਿਸ਼ ਕਰਨ। ਸੁਣਿਓ ਧਿਆਨ ਨਾਲ ਬੇਨਤੀ। ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਨਿਕਲਿਆ ਹੁਣ ਦੂਜਾ ਬਚਨ। ਇਹ ਬਾਬਾ ਜੀ ਦੀ ਰਸਨਾ ਤੋਂ ਜਿਨ੍ਹਾਂ ਦੇ ਤੁਸੀਂ ਦਿਨ ਮਨਾ ਰਹੇ ਹੋ ਉਹਨਾਂ ਦੀ ਰਸਨਾ ਤੋਂ ਨਿਕਲਿਆ ਬਚਨ ਹੈ। ਰਾਤੀ ਵੀ ਉਹ ਸਾਂਝਾ ਕੀਤਾ, ਹੁਣ ਵੀ ਉਹ ਉਹਨਾਂ ਦੀ ਰਸਨਾ ਤੋਂ ਨਿਕਲਿਆ ਬਚਨ। ਇਹ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਨਿਕਲਿਆ ਦੂਸਰਾ ਬਚਨ। ਸਿੱਖ ਕਿਸੇ ਵੀ ਪੱਖ ਤੋਂ ਕਿਸੇ ਵੀ ਗੁਣ ਵੱਲੋਂ ਅਗਾਂਹ ਵੱਧ ਜਾਵੇ। ਸੁਣਿਓ ਧਿਆਨ ਨਾਲ, ਸਿੱਖ ਕਿਸੇ ਵੀ ਗੁਣ ਵੱਲੋਂ ਅਗਾਂਹ ਵੱਧ ਜਾਵੇ ਪਰ ਸਿੱਖ ਜ਼ਿੰਦਗੀ ਦੇ ਵਿੱਚ ਗੁਰਪ੍ਰਸਾਦ ਨਾ ਭੁੱਲੇ। ਕਹਿ ਦਿਓ ਵਾਹਿਗੁਰੂ, ਗੁਰੂ ਦੀ ਕਿਰਪਾ ਨਾ ਭੁੱਲੇ, ਗੁਰਪ੍ਰਸਾਦ ਨਾ ਭੁੱਲੇ। ਇਹ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਹੈ। ਜਿੱਥੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਹੈ, ਨਿਮਰਤਾ ਹੈ, ਉੱਥੇ ਪਈਆਂ ਹੋਈਆਂ ਦੀਵਾਰਾਂ ਵੀ ਢਹਿ ਜਾਂਦੀਆਂ ਨੇ। ਜਿੱਥੇ ਹਉਮੈ ਹੈ ਉੱਥੇ ਪਿਆਰੇ ਉਹ ਦੀਵਾਰਾਂ ਖੜੀਆਂ ਹੋ ਜਾਂਦੀਆਂ ਨੇ। ਬੋਲ ਦਿਓ ਵਾਹਿਗੁਰੂ। ਜਿਸ ਬੰਦੇ ਦੇ ਕੋਲ ਗੁਰਪ੍ਰਸਾਦ ਦੀ ਪੜ੍ਹਾਈ ਹੈ, ਨਿਮਰਤਾ ਦੀ ਪੜ੍ਹਾਈ ਹੈ, ਹਰ ਵੇਲੇ ਗੁਰੂ ਉਹਦੇ ਅੰਗ ਸੰਗ ਹੋ ਕੇ ਵਰਤਦਾ ਹੈ, ਜਿਹਦੇ ਕੋਲ ਹਉਮੈ ਹੈ ਪਿਆਰੇ ਉਹ ਫਿਰ ਇਕੱਲਾ ਹੀ ਆਪਣੇ ਢੋਲ ਵਜਾਉਂਦਾ, ਗੁਰੂ ਦੀ ਮਿਹਰ ਮਿਲੀ ਹੋਈ ਵੀ ਉੱਥੋਂ ਇੱਕ ਦਿਨ ਉੱਠ ਜਾਂਦੀ ਹੈ। ਕਹਦੇ ਵਾਹਿਗੁਰੂ। ਇਹ ਧਿਆਨ ਦੇਣ, ਗੁਰਪ੍ਰਸਾਦ ਭਾਵੇਂ ਸਿੱਖ ਸੋਹਣਾ ਕੀਰਤਨ ਕਰੇ, ਸੋਹਣੀ ਕਥਾ ਕਰੇ, ਸੋਹਣਾ ਤਬਲਾ ਵਜਾਵੇ, ਅੰਮ੍ਰਿਤ ਵੇਲੇ ਉੱਠੇ, ਨੰਗੇ ਦਾ ਤਨ ਕੱਜੇ, ਭੁੱਖੇ ਦਾ ਪੇਟ ਭਰਨ ਵਾਲਾ ਸਿੱਖ ਕਿਉਂ ਨਾ ਬਣ ਜੇ, ਲੋੜਵੰਦ ਬੱਚਿਆਂ ਦੀ ਸ਼ਾਦੀ ਦਾ ਸਾਧਨ ਕਿਉਂ ਨਾ ਸਿੱਖ ਬਣ ਜੇ, ਗਰੀਬ ਬੱਚਿਆਂ ਦੀ ਪੜ੍ਹਾਈ ਦਾ ਸਾਧਨ ਕਿਉਂ ਨਾ ਸਿੱਖ ਬਣ ਜੇ। ਕਿਸੇ ਵੀ ਪੱਖੋਂ ਸਿੱਖ ਅਗਾਂਹ ਵੱਧ ਜਾਵੇ ਪਰ ਜ਼ਿੰਦਗੀ ਦੇ ਵਿੱਚ ਗੁਰਪ੍ਰਸਾਦ ਨਾ ਭੁੱਲੇ। ਕਹਿ ਦਿਓ ਵਾਹਿਗੁਰੂ। ਗੁਰਪ੍ਰਸਾਦ ਨਾ ਭੁੱਲੇ, ਗੁਰਪ੍ਰਸਾਦ ਦਾਤਿਆ ਮੈਂ ਉਹ ਹੀ ਹਾਂ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਵੀ ਨਹੀਂ ਸੀ ਪੁੱਛਦਾ ਹੁੰਦਾ। ਜੇ ਅੱਜ ਕੋਈ ਰੰਗ ਭਾਗ ਤੂੰ ਲਾਏ ਨੇ, ਇਹ ਮੇਰੀਆਂ ਚਤੁਰਾਈਆਂ ਨਹੀਂ, ਸਭ ਤੇਰੀਆਂ ਵਡਿਆਈਆਂ ਵਰਤ ਰਹੀਆਂ ਨੇ। ਕਹਿ ਦਿਓ ਵਾਹਿਗੁਰੂ। ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਪੁੱਛਿਆ ਸੀ ਪੀਰ ਬੁੱਧੂ ਸ਼ਾਹ ਨੇ, ਮਹਾਰਾਜ ਇੱਕ ਗੱਲ ਦਾ ਜਵਾਬ ਦਿਓ, ਖੁਦਾ ਤੇ ਖੁਦਾ ਦੇ ਬੰਦੇ ਦਾ ਮੇਲ ਕਿਵੇਂ ਹੋਵੇ। ਸੁਣਿਓ, ਇਹ ਪੀਰ ਬੁੱਧੂ ਸ਼ਾਹ ਨੇ ਪੁੱਛਿਆ ਸੀ, ਮਹਾਰਾਜ ਦੱਸੋ ਖੁਦਾ ਤੇ ਖੁਦਾ ਦੇ ਬੰਦੇ ਦਾ ਮੇਲ ਕਿਵੇਂ ਹੋਵੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਸ਼ਬਦਾਂ ਦੇ ਵਿੱਚ ਅਰਥ ਕਰਤੇ ਸੀ, ਚਾਰ ਸ਼ਬਦਾਂ ਦੇ ਵਿੱਚ ਇਹਦੀ ਗੱਲ ਦਾ ਜਵਾਬ ਦੇ ਦਿੱਤਾ ਸੀ। ਇਹ ਕਹਿੰਦੇ ਜੀ, ਪੀਰ ਬੁੱਧੂ ਸ਼ਾਹ ਕਹਿੰਦੇ, ਮਹਾਰਾਜ ਦੱਸੋ ਖੁਦਾ ਤੇ ਖੁਦਾ ਦੇ ਬੰਦੇ ਦਾ ਮੇਲ ਕਿਵੇਂ ਹੋਵੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਲਫ਼ਜ਼ਾਂ ਦੇ ਵਿੱਚ, ਅੱਠ ਅੱਖਰਾਂ ਦੇ ਵਿੱਚ ਇਹਦੀ ਗੱਲ ਦਾ ਜਵਾਬ ਦੇ ਕੇ ਇਹਦੀ ਤਸੱਲੀ ਕਰਾਤੀ। ਉਹ ਕਹਿੰਦਾ ਜੀ, ਦੱਸੋ ਖੁਦਾ ਤੇ ਖੁਦਾ ਦੇ ਬੰਦੇ ਦਾ ਮੇਲ ਕਿਵੇਂ ਹੋਵੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਤਾ ਕੀ ਕਹਿੰਦੇ, ਵੇਖੋ ਗੁਰਪ੍ਰਸਾਦ ਨਾ ਸਿੱਖ ਭੁੱਲੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਫ਼ਜ਼, ਉਹ ਕਹਿੰਦੇ ਦੱਸੋ ਖੁਦਾ ਤੇ ਖੁਦਾ ਦੇ ਬੰਦੇ ਦਾ ਮੇਲ ਕਿਵੇਂ ਹੋਵੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਹਉਮੂਆ ਮੈਂ ਜਦੋਂ ਮਰ ਗਈ, ਖੰਕਾਰ ਮਰ ਗਿਆ, ਹੈਂਜੀ, ਹਉਮੂਆ ਖੁਦਾ ਹੁਆ, ਹਉਮੂਆ ਖੁਦਾ ਹੁਆ, ਹਉਮੂਆ ਖੁਦਾ ਹੁਆ, ਹਉਮੂਆ ਖੁਦਾ ਹੁਆ। ਬੋਲੋ ਭੈਣਾਂ ਮੇਰੀਆਂ, ਹਮ ਖੁਦਾ ਹੁਆ, ਹਮ
बोलो वीरो हाँ तिस कोल घुमाया गुरमत दे गरीबी आवे आवे मन हाली किरसाणी करनी सरम पानी तनखे नाम बीज संतोख सुहागा रख गरीबी वे हाँ मुआ करके नीच सदावना करके नीच सदावना ता प्रभ लेखे अंदर पाई सारे काल युग नावे की वडे आई मगर लेट लेने थोड़े सारे जपो सारे सतनाम श्री वाह गुरु गोबिंद सिंह साहब जी दी रसना तो निकलिया बचन पीर बुद्धू शाह कहंदे महाराज दसो खुदा ते खुदा दे बंदे दा मेल किवें होवे ते गुरु गोबिंद सिंह साहब साईं की कहंदे कहण लगे हां मुआ खुदा हुआ जदों अंदरों मैं मर गई फिर बंदे चे ते खुदा दे विच कोई फर्क नहीं रह जांदा कह दे वाहिगुरु फिर गज के बोलो ए बाबा बुढ़ा साहब जी दी रसना तो निकलिया बचन पल्ले नाल बन्नियो मेरी भी अरदास करियो ते अपनी भी करियो सतगुरु कृपा करन बख्शिश करन मेरामत करन असी अपनी जिंदगी विचों कदी भी गुर प्रसाद ना भुलीए यूनान दे विच ना सुकरात लिखी होए ने सुकरात लिखी अठ दस बंदे बैठे उन्हां नाल विचारां कर रहे ते इन्हें नूं यूनान शहर दा एक बड़ा तनाड़ बंदा बड़ा ही नामी बंदा आया इन्हां नूं मिलण वास्ते अठ दस मिनट कुदरती ध्यान ना गया सुकरात लिखी दा उस बंदे वल ते ओ वड्डे बंदे नूं ना गुस्सा चढ़ गया गुस्सा ते उच्ची सारी बोल पिया कहण लगा रिखी जी तुहानू पता है अज तुहानू मिलन वास्ते कौन आया है कहदे वाहिगुरू अंदर हंकार सी बड़ा कि मैं बड़ा वड्डा बंदा ते उधर ओ कमाई सी रिखी सी ओ की कहिंदा कहण लगा तुहानू पता अज तुहानू मिलन वास्ते कौन आया ते सुकरात रिखी ने वेख्या इहदे अंदर ते हंकार चढ़िया ही पिया निम्रता नाम दी कोई चीज है ही नहीं उस वेले सुकरात रिखी ने एक गल आखी कहिंदे प्यारे आ तू की दसना है तू कौन है आ असी तेनू दसदे आ तू कौन है कहदे वाहिगुरु
सेवादार नूं इशारा कीता, सेवादार ने दुनिया का नक्शा लैन दा, वर्ल्ड मैप हुंदा ना नक्शा, दुनिया का नक्शा लैन दा। ते सुकरात लिखी उस बंदे नूं कहिंदे ने, दस इस दुनिया दे विच यूनान किथे, एक निकल जिहा बिंदु वगिया सी, कहिंदा जी ये यूनान है। इहदे विच कहिंदे जिथे असी रहिंदे आ ओह इलाका किथे, एक निकल जिहा होर बिंदु वगिया सी, कहिंदा जी ये इलाका ये रहा। उस वेले कहिंदे जिथे तू रहिंदा दस ओह घर किथे, कहिंदा मेरे घर दा ते नामो निशान ही नहीं इस नक्शे विच। कहदे वाह, इहदे विच ते मेरे घर दा नामो निशान ही नहीं। ते उस वेले सुकरात लिखी ने एक गल आखी, कहण लगा परमेश्वर ने इहो जिहियां अनेकां सृष्टियां साजियां ने, अनेकां चंद्रमा ने, अनेकां ही सूरज ने, अनेकां ही इहो जिहियां सृष्टियां साजियां होईयां ने। एक दुनिया दे मैप दे उत्ते, एक दुनिया दे नक्शे दे उत्ते तेरी एक जगह बिंदु जिन्नी भी नहीं, ते इनिया सृष्टियां जिन्ने सजियां ने ओदी निगाह दे विच तेरी औकात किन्नी होएगी। कहदे वाहिगुरु, एकदम अंदरों हौमे लथ गई, गल ते सही है। मैं कहना मैं बड़ा वड्डा बंदा, पर मेरी औकात ते नक्शे दे विच एक बिंदु जिन्नी भी नहीं। जदों हंकार लथिया, कहिंदा जी हुण मैनूं आग्या दिओ, मैं चलना है। ते उस समय सुकरात लिखी ने एक गल आखी, कहिंदे अज तेरा हंकार लथिया, हो सकदा दो चार दिन बाद फिर तेरे अंदर हंकार चढ़न लगे। मैं बड़ा वड्डा बंदा, वो नक्शा जेड़ा सी ना कागज फोल्ड करके ओदी जेब च पाता, कहिंदे जदों तेरे अंदर किसे गल दा हंकार आउण लगे मैं बड़ा वड्डा बंदा, ये दुनिया दा नक्शा खोल के वेख लिया करें कि तेरी औकात एक बिंदु जिन्नी भी नहीं है। कहदे वाहिगुरु, प्यारे हो, ये जिन्नी संगत बैठी हो जे अंदर हौमे रखांगे ठोकरां पैणगियां। ये बाबा बुढ़ा साहब जी का दिन मनाउण वाले उन्हां दा बचन खिरदे च सांभियो, जिस पक्खों भी मर्जी गां वध जाओ, जेडे मर्जी गुण पक्खों अगां वध जाओ, पर जिंदगी दे विच कदी भी गुरप्रसाद ना भुलो। कहदे वाहिगुरु, फिर गज के बोलो। ये अखीरली गल करके मैं समाप्ति करन लगा। अज तो 18-19 साल पहला साडा कीर्तन सी थाईलैंड। मैं पहली बारी गया सी इंडिया तो बाहर। उदों जदों असी गए ते जेडे प्रबंधकां ने जिस घर दे विच साडा प्रबंध कीता सी ना सानू ठहराण दा, गल सुनियो, जदों उस घर दे विच लैके गए, बड़ा तनाड बंदा, बड़ी कृपा, और कली माया पक्षों कृपा नहीं, सारा परिवार अमृतधारी, सारा नाम बाणी दे नाल जुड़िया होया परिवार, बड़ी कृपा ए सी। जदों मैं गया, मैनूं उन्होंने अपने ड्राइंग रूम च बिठाया। जदों ड्राइंग रूम च असी बैठे, अंदर जल पानी लैन गए, तो कुदरती ना मेरा ध्यान सामने एक दीवार वल गया, तो दीवार दे उत्ते ना जिवें आम तौर ते असी ड्राइंग रूमां दे विच तस्वीरां लाईआं हुंदीआं, किसी ने दरबार साहब की, किसी ने बाबा दीप सिंह जी की, किसी ने इदा शहीद सिंह लाईया हुई तस्वीर, जेड़ा गुरु घर नहीं मानता कोई सीनरियां ला लेंदा है जी, कि ड्राइंग रूम मेरा सोहना लगे। जदों मेरा ध्यान दीवार वल गया तो दीवार के उत्ते एक तस्वीर लगी सी, तस्वीर पता केड़ी, एक बंदा रिक्शा चला रहा है, रिक्शा चलाउण वाले की तस्वीर लगी सी। कहदे वाहिगुरु, रिक्शा चलाउण वाले की। हुण जदों मैं ये चीज वेखी बड़ा हैरान होया, मैं क्या लोग अपने ड्राइंग रूम च कोई दरबार साहब, कोई बाबा दीप सिंह जी, कोई गुरुद्वारे दी, कोई इदां शहीद सिंह दी तस्वीर लाउंदा, रिक्शा चलाउण वाली क्यों लाई? मेरे अंदर सवाल आ गया। इन्हें घर के जिहड़े वड्डे बजुर्ग सी ओह आए, ते मैं पुछ लिया गुरमुखां कौन, बड़ा सोहना दाड़ा प्रकाशिया, बड़ी कृपा। मैं क्या गुरमुखो एक गल की समझ नहीं आ रही कि ड्राइंग रूम दे विच लोग तस्वीरां कोई हरिमंदर साहब दीआं लाउंदा, कोई दरबार साहब इदां, कोई धार्मिक तस्वीरां लाउंदा, कोई बाबा दीप सिंह, कोई शहीद सिंघां दीआं इदां तस्वीरां, कोई छोटे साहबजादियां दी, कोई भाई तारू सिंह दी लाउंदा, कोई सीनरियां ला लैंदा, तुसीं इह रिक्शा चलाउण वाली तस्वीर क्यों लाई? बंदा रिक्शा चला रहा, रिक्शा चलाउण वाले भाई दी तस्वीर क्यों लाई ड्राइंग रूम च? ते उस वेले गुरमुख प्यारे दा जवाब सी, कहिंदा भाई साहब जरा ध्यान दे नाल तको, ए रिक्शा चलाउण वाला कोई होर नहीं, 20 साल पहले मैं ही रिक्शा चलाउना सा, मैं अपनी फोटो लाई हुई है। कहदे वाहिगुरु, जदों उन्हें कहा ना मैं अपनी फोटो लाई, 20 साल पहले मैं ही रिक्शा चलाउना सा, मेरे अंदर एक सवाल होर आ गया,
मैं क्या जे तुसी अपनी तस्वीर लाई 20 साल पहले तुसी रिक्शा चलाउंदे सो ए ते तुहाडा बीतिया होया समय लाउंदे कोई अज दी तस्वीर लाउंदे पुरानी तस्वीर क्यों लाई ते उहने इक जवाब दित्ता वेखो जिन्हां नूं गुरप्रसाद चेते है किड्डी कृपा ओ कहिंदा वीर जी अज मेरे बड़े खलेरे ने बड़े नौकर चाकर ने मेरे कोल बड़े काम करन वाले ने बड़ियां फैक्टरियां ने कारोबार भी मेरे बड़े सोहणे ने ਸਾਰਿਆਂ ਤੋਂ ਵੱਡੀ ਗੱਲ ਸਾਰਾ ਮੇਰਾ ਪਰਿਵਾਰ ਅੰਮ੍ਰਿਤ ਧਾਰੀ ਵੀ ਏ ਤੇ ਸਾਰੇ ਅੰਮ੍ਰਿਤ ਵੇਲੇ ਉੱਠਣ ਵਾਲੇ ਨੇ ਅੱਜ ਗੁਰੂ ਨੇ ਬੜੇ ਰੰਗ ਭਗ ਲਾਏ ਕਹਿੰਦੇ ਇਹ ਜਾਣ ਬੁੱਝ ਕੇ ਮੈਂ ਆਪਣੀ ਰਿਕਸ਼ਾ ਚਲਾਉਣ ਵਾਲੀ ਤਸਵੀਰ ਲਗਾਈ ਡਰਾਇੰਗ ਰੂਮ ਦੇ ਵਿੱਚ ਕਿ ਅੱਜ ਦਾ ਮਾਹੌਲ ਵੇਖ ਕੇ ਕਿ ਮੈਂ ਏਡਾ ਵੱਡਾ ਬੰਦਾ ਏਡੀ ਮੇਰੇ ਤੇ ਕਿਰਪਾ ਅੱਜ ਦਾ ਮਾਹੌਲ ਵੇਖ ਕੇ ਕਿਤੇ ਮੇਰੇ ਅੰਦਰ ਕਿਸੇ ਗੱਲ ਦਾ ਮਾਣ ਨਾ ਅਜੇ ਮੈਂ ਜਾਣ ਬੁੱਝ ਕੇ ਆਪਣੀ ਰਿਕਸ਼ਾ ਚਲਾਉਣ ਵਾਲੀ ਤਸਵੀਰ ਡਰਾਇੰਗ ਰੂਮ ਚ ਲਾਈ ਤਾਂ ਜੋ ਮੇਰੇ ਮਨ ਨੂੰ ਠੋਕਰਾਂ ਵੱਜਦੀਆਂ ਰਹਿਣ ਮਣਾ ਤੂੰ ਤੇ ਰਿਕਸ਼ਾ ਚਲਾਉਣ ਵਾਲਾ ਸੈਂ ਅੱਜ ਜੇ ਗੁਰੂ ਨੇ ਕੋਈ ਰੰਗ ਭਾਗ ਲਾਏ ਤੇਰੀ ਚਤਰਾਈ ਨਹੀਂ ਹੈ ਸਭ ਗੁਰੂ ਨਾਨਕ ਦੀ ਵਡਿਆਈ ਵਰਤ ਰਹੀ ਹੈ ਸਤ ਸ੍ਰੀ ਅਕਾਲ ਮੇਰੇ ਅੰਦਰ ਕਿਸੇ ਗੱਲ ਦਾ ਮਾਣ ਨਾ ਅਜੇ ਅੱਜ ਦਾ ਮਾਹੌਲ ਵੇਖ ਕੇ ਕਿ ਮੈਂ ਏਡਾ ਵੱਡਾ ਬੰਦਾ ਬਣ ਗਿਆ ਮੈਂ ਜਾਣ ਬੁੱਝ ਕੇ ਆਪਣੀ ਪੁਰਾਣੀ ਤਸਵੀਰ ਲਾਈ ਕਿ ਮਨ ਨੂੰ ਠੋਕਰਾਂ ਲੱਗਦੀਆਂ ਰਹਿਣ ਕੀ ਮਣਾ ਤੂੰ ਤੇ ਰਿਕਸ਼ਾ ਚਲਾਉਣ ਵਾਲਾ ਸੈਂ ਅੱਜ ਜੋ ਵੀ ਹੈ ਗੁਰੂ ਦੀ ਕਿਰਪਾ ਕਹਿ ਦਿਓ ਵਾਹਿਗੁਰੂ ਏਦਾਂ ਕਦੀ ਵੀ ਆਪਣੇ ਅੰਦਰੋਂ ਗੁਰਪ੍ਰਸਾਦ ਨਾ ਭੁੱਲਿਓ ਜਿੱਥੇ ਗੁਰਪ੍ਰਸਾਦ ਉੱਥੇ ਕਿਰਪਾ ਗੁਰੂ ਦੀ ਟਿੱਕੀ ਰਹਿੰਦੀ ਹੈ ਬਾਬਾ ਆਨੰਦ ਸਿੰਘ ਬੈਠੇ ਸੀ ਇੱਕ ਜੋਗੀ ਨਾਲ ਬੈਠਾ ਸੀ ਇੱਕ ਬੀਬੀ ਆ ਗਈ ਕੁਦਰਤੀ ਆਪਣੇ ਕੁੱਛੜ ਮੁੰਡਾ ਚੁੱਕਿਆ ਜਦੋਂ ਉਹਨੇ ਫਤਿਹ ਬੁਲਾਈ ਮਹਾਂਪੁਰਖਾਂ ਨੂੰ ਬਾਬਾ ਆਨੰਦ ਸਿੰਘ ਜੀ ਨੂੰ ਤੇ ਉਸ ਵੇਲੇ ਜੋਗੀ ਨੇ ਇਸ਼ਾਰਾ ਪਤਾ ਬਾਬਾ ਆਨੰਦ ਸਿੰਘ ਵੱਲ ਕੀ ਕੀਤਾ ਕਹਿਣ ਲੱਗਾ ਇਹ ਮੁੰਡਾ ਨਾ ਮੈਂ ਦਵਾਇਆ ਇਹ ਬੀਬੀ ਨੂੰ ਇਹ ਮੁੰਡਾ ਮੈਂ ਦਵਾਇਆ ਭਾਵ ਮੈਂ ਅਰਦਾਸ ਕੀਤੀ ਸੀ ਤੇ ਮੇਰੀ ਅਰਦਾਸ ਸਦਕਾ ਇਹਦੇ ਘਰ ਮੁੰਡਾ ਹੋਇਆ ਇਹਦੇ ਘਰ ਬੱਚਾ ਹੁੰਦਾ ਨਹੀਂ ਸੀ ਇਹ ਮੁੰਡਾ ਮੈਂ ਦਵਾਇਆ ਬੀਬੀ ਜਦੋਂ ਗਈ ਬਾਬਾ ਆਨੰਦ ਸਿੰਘ ਜੀ ਹੱਸ ਪਏ ਕਹਿਣ ਲੱਗੇ ਜੋਗੀ ਉਸ ਬੀਬੀ ਦਾ ਗਿਆ ਕੁਝ ਨਹੀਂ ਤੇਰਾ ਰਿਹਾ ਕੁਝ ਨਹੀਂ ਕਹਿ ਦਿਓ ਵਾਹਿਗੁਰੂ ਉਹ ਸਭ ਕੁਝ ਹੁੰਦਿਆਂ ਨਿਮਾਣੇ ਬਣ ਕੇ ਰਹਿਣਾ ਇਹ ਨਹੀਂ ਕਿ ਮੈਂ ਦਵਾਇਆ ਮੈਂ ਅਰਦਾਸ ਕੀਤੀ ਮੇਰੀ ਅਰਦਾਸ ਚ ਏਡੀ ਤਾਕਤ ਹੈ ਕਿ ਏਦਾਂ ਹੋ ਰਿਹਾ ਸਭ ਕੁਝ ਹੁੰਦੇ ਅੰਦਰ ਨਿਮਾਣਾ ਪਲ ਬਾਬਾ ਆਨੰਦ ਸਿੰਘ ਦਾ ਇੱਥੋਂ ਤੱਕ ਬਚਨ ਹੈ ਕਹਿੰਦੇ ਸਿੱਖ ਦੇ ਪਹਿਰਾਵੇ ਚ ਵੀ ਨਿਮਰਤਾ ਸਿੱਖ ਦੇ ਬੋਲਾਂ ਚ ਵੀ ਨਿਮਰਤਾ ਸਿੱਖ ਦੇ ਅਰਦਾਸ ਕਰਨ ਚ ਵੀ ਨਿਮਰਤਾ ਸਿੱਖ ਦੇ ਗੱਡੀ ਚਲਾਉਣ ਚ ਵੀ ਨਿਮਰਤਾ ਕਹਿ ਦਿਓ ਵਾਹਿਗੁਰੂ ਹਰ ਗੱਲ ਦੇ ਵਿੱਚ ਨਿਮਾਣੇ ਪਨ ਦਾ ਪਹਿਰਾ ਰੱਖਿਓ ਜੇ ਬਾਬਾ ਬੁੱਢਾ ਸਾਹਿਬ ਜੀ ਦਾ ਦਿਨ ਮਨਾ ਰਹੇ ਹੋ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਬਚਨ ਪੱਲੇ ਨਾਲ ਬੰਨਿਓ ਕਹਿ ਦਿਓ ਵਾਹਿਗੁਰੂ ਯਾਨੀ ਸੰਤ ਸਿੰਘ ਮਸਕੀਨ ਦਾ ਵੀ ਬਚਨ ਇੱਕ ਦਿਨ ਮੈਂ ਟੇਪ ਸੁਣ ਰਿਹਾ ਸਾਂ ਕਹਿੰਦੇ ਸਿੱਖ ਨਿਮਰਤਾ ਨੂੰ ਸਿਰ ਦੀ ਦਸਤਾਰ ਸਮਝੇ ਹਉਮੈ ਨੂੰ ਪੈਰਾਂ ਦਾ ਜੋੜਾ ਸਮਝੇ ਤੇ ਜਦੋਂ ਸਿੱਖ ਸੰਗਤ ਵਿੱਚ ਆਵੇ ਨਿਮਰਤਾ ਦੀ ਦਸਤਾਰ ਸਜਾ ਕੇ ਆਵੇ ਹਉਮੈ ਦਾ ਪੈਰਾਂ ਦਾ ਜੋੜਾ ਸੰਗਤ ਤੋਂ ਬਾਹਰ ਹੀ ਲਾ ਕੇ ਆਵੇ ਕਹਿ ਦਿਓ ਵਾਹਿਗੁਰੂ ਜੇ ਗੁਰੂ ਕੋਲੋਂ ਕੁਝ ਲੈਣਾ ਜੇ ਗੁਰੂ ਕੋਲੋਂ ਕੁਝ ਲੈਣਾ ਤੇ ਨਿਮਰਤਾ ਦੀ ਪੱਗ ਬੰਨ ਕੇ ਆਉਣਾ ਨਿਮਰਤਾ ਦੀ ਦਸਤਾਰ ਸਜਾ ਕੇ ਗੁਰੂ ਕਿਰਪਾ ਕਰੇ ਹੁਣ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਆਓ ਜਿੱਥੋਂ ਸ਼ੁਰੂ ਹੋਏ ਸਾਂ ਪੜੋ ਪੰਕਤੀਆਂ ਉਸ ਤੋਂ ਬਾਅਦ ਕੀਰਤਨ ਦੀ ਹੋਏਗੀ ਸਮਾਪਤੀ ਭੁੱਲਾਂ ਚੁੱਕਾਂ ਤੁਸੀਂ ਬਖਸ਼ ਦੇਣੀ ਆ ਬੇਅੰਤ ਬੇਅੰਤ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਾਏ ਇੱਥੋਂ ਦੇ ਸਾਰੇ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਪਿਆਰ ਵਾਲੀਆਂ ਰੂਹਾਂ ਦਾ ਧੰਨਵਾਦ ਸਤਿਗੁਰੂ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਵਿਸ਼ੇਸ਼ ਤੌਰ ਤੇ ਸੰਗਤ ਜੀ ਤੁਹਾਡਾ ਤੁਹਾਡੇ ਬਿਨਾਂ ਕੋਈ ਗੱਲ ਨਹੀਂ ਬਣਦੀ ਤੁਸੀਂ ਬਹਿ ਕੇ ਅਸੀਸਾਂ ਦਿੱਤੀਆਂ ਤੁਹਾਡਾ ਧੰਨਵਾਦ ਬਾਕੀ ਕੀਰਤਨ ਪੇਟ ਜਿੰਨੀ ਤੁਸੀਂ ਮਾਇਆ ਦੇ ਰਹੇ ਹੋ ਜਿਹਨੇ ਦਿੱਤੀ ਹੈ ਤੁਹਾਡੀ ਇਹ ਮਾਇਆ ਗੁਰੂ ਨਾਨਕ ਦੀ ਕਿਰਪਾ ਸਤਿਕਾਰਯੋਗ ਭਾਈ ਸਤਿਗੁਰ ਇਕਬਾਲ ਸਿੰਘ ਜੀ ਤਿਨ੍ਹਾਂ ਦੀਆਂ ਅਸੀਸਾਂ ਪ੍ਰੇਰਨਾ ਦਾ ਸਤਿਕਾਰ ਜੀ ਦੀ ਮਾਇਆ ਵਿਧਵਾ ਬੀਬੀਆਂ ਦੇ ਮੂੰਹ ਚ ਅੰਨ ਦਾ ਦਾਣਾ ਬਣ ਕੇ ਪਹੁੰਚਦੀ ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਹੋਰ ਕੋਈ ਘਰ ਚ ਕਮਾਈ ਦਾ ਸਾਧਨ ਨਹੀਂ ਹੁੰਦਾ ਤੇ ਆਪ ਜੀ ਦੀ ਮਾਇਆ ਜਿੱਥੇ ਉਹਨਾਂ ਬੱਚਿਆਂ ਦੇ ਲਈ ਅੰਨ ਦਾ ਦਾਣਾ ਬਣ ਕੇ ਵਰਤੀ ਜਾਂਦੀ ਹੈ ਉੱਥੇ ਪਿਆਰੇ ਦੋ ਇਤਿਹਾਸਕ ਗੁਰਦੁਆਰੇ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਪਾਉਪਿੰਡ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਜਨਮ ਅਸਥਾਨ ਫੁੱਲਾ ਸਾਹਿਬ ਉੱਥੋਂ ਦੀ ਵੀ ਸਾਰੀ ਕਾਰ ਸੇਵਾ ਹੋਰ ਬੇਅੰਤ ਕਾਰਜ ਸਕੂਲ ਹਸਪਤਾਲ ਸਰਾਵਾਂ ਬਣੀਆਂ ਤੁਹਾਡੇ ਕਿਣਕੇ ਕਿਣਕੇ ਨਾਲ ਸਾਰੇ ਕਾਰਜ ਚੱਲ ਰਹੇ ਗੁਰੂ ਨਾਨਕ ਤੁਹਾਡੇ ਘਰਾਂ ਚ ਬਰਕਤ ਪਾਵੇ ਜਿਨ੍ਹਾਂ ਨੇ ਹਿੱਸੇ ਪਾਏ ਆਓ ਬੜੇ ਪਿਆਰ ਨਾਲ ਪੜ੍ਹ ਕੇ ਪੰਕਤੀਆਂ ਸਮਾਪਤੀ ਕਰੀਏ ਤੁਹਾਡੇ ਲਖਨਊ ਸ਼ਹਿਰ ਦੇ ਵਿੱਚ ਵੀ ਬੀਬੀ ਕੌਲਾਂ ਜੀ
ਜੋ ਭਲਾਈ ਕੇਂਦਰ ਚੱਲ ਰਿਹਾ ਭਾਈ ਸਰਬਜੀਤ ਸਿੰਘ ਜੀ ਨਾਲ ਇਹਨਾਂ ਦੇ ਸਾਰੇ ਸਹਿਯੋਗੀ ਇਹਨਾਂ ਦੀ ਸਾਰੀ ਟੀਮ ਜੋ ਸਾਰਾ ਕੁਝ ਉੱਧਰ ਵੇਖ ਰਹੇ ਨੇ ਸੰਗਤ ਨੂੰ ਬੇਨਤੀ ਤਨ ਮਨ ਧਨ ਦੇ ਨਾਲ ਇਹਨਾਂ ਦਾ ਵੀ ਸਹਿਯੋਗ ਕਰਿਆ ਕਰੋ ਗੁਰੂ ਕਿਰਪਾ ਕਰੇ ਸੰਗਤ ਵਿੱਚ ਡਾਕਟਰ ਬਰਜਿੰਦਰਪਾਲ ਸਿੰਘ ਜੀ ਆਏ ਨੇ ਜੀ ਆਇਆਂ ਨੂੰ ਹੋਰ ਵੀ ਬੜੀਆਂ ਪਿਆਰੀਆਂ ਪਿਆਰੀਆਂ ਰੂਹਾਂ ਪਹੁੰਚੀਆਂ ਸਭ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਇੱਕ ਸੰਗਤ ਨੂੰ ਬੇਨਤੀ ਅੱਜ ਕੱਲ ਇੰਟਰਨੈਟ ਦਾ ਯੁੱਗ ਹੈ YouTube ਤੇ ਜਾ ਕੇ ਹਰ ਮੋਬਾਈਲ ਦੇ ਵਿੱਚ ਅੱਜ ਕੱਲ ਇੰਟਰਨੈਟ ਮੌਜੂਦ ਹੈ YouTube ਤੇ ਜਾ ਕੇ ਟਿਪਸ ਡਿਵੋਸ਼ਨਲ ਚੈਨਲ ਬਿਲਕੁਲ ਸੌਖੇ ਅਕਸ਼ਰ ਨੇ ਕੋਈ ਔਖਾ ਨਹੀਂ ਟਿਪਸ TIPS ਟਿਪਸ ਡਿਵੋਸ਼ਨਲ ਚੈਨਲ ਇਹਨੂੰ ਸਬਸਕ੍ਰਾਈਬ ਕਰ ਲੈਣਾ ਜਦੋਂ ਸਬਸਕ੍ਰਾਈਬ ਕਰੋਗੇ ਰੋਜ਼ਾਨਾ ਦੇ ਕੀਰਤਨ ਉਹਦੇ ਉੱਤੇ ਅਪਲੋਡ ਹੋ ਰਹੇ ਦਾਸਾਂ ਦੇ ਜਦੋਂ ਸਬਸਕ੍ਰਾਈਬ ਕਰੋਗੇ ਤੇ ਉਸ ਵੇਲੇ ਪਿਆਰੇ ਹੋ ਤੁਹਾਨੂੰ ਮੈਸੇਜ ਆ ਜਾਇਆ ਕਰੇਗਾ ਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਆਪ ਜੀ ਕੀਰਤਨ ਦਾ ਘਰਾਂ ਦੇ ਵਿੱਚ ਵੀ ਆਪਣੇ ਹੱਥਾਂ ਦੇ ਵਿੱਚ ਹੀ ਲਾਭ ਲੈ ਸਕਦੇ ਹੋ YouTube ਤੇ ਜਾ ਕੇ ਟਿਪਸ ਡਿਵੋਸ਼ਨਲ ਚੈਨਲ ਤੇ ਸਾਡੇ ਅੰਮ੍ਰਿਤ ਸਾਂਝੀ ਗੁਰਬਾਣੀ ਪੋਪਲੀ ਲਾਈਵ ਵਾਲੇ ਵੀਰ ਜੀ ਹਾਂਜੀ ਮਨਮੋਹਨ ਸਿੰਘ ਜੀ ਪੋਪਲੀ ਉਹਨਾਂ ਦਾ ਵੀ ਧੰਨਵਾਦ ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ਣ YouTube ਤੇ ਸਾਰਾ ਪ੍ਰੋਗਰਾਮ ਲਾਈਵ ਚੱਲ ਰਿਹਾ ਇਹ ਵੀਰਾਂ ਦਾ ਵੀ ਧੰਨਵਾਦ ਸਤਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ਆਓ ਇੱਕ ਵਾਰੀ ਇਹ ਪੰਕਤੀ ਦੁਹਰਾਓ ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ ਬਾਬਾ ਬੁੱਢਾ ਸਾਹਿਬ ਜੀ ਦੇ ਜੋ ਆਗਮਨ ਪੁਰਬ ਨੂੰ ਤੁਸੀਂ ਮਨਾ ਰਹੇ ਹੋ ਗੁਰੂ ਅੱਗੇ ਤਰਲੇ ਪਾਓ ਗਰੀਬ ਨਿਵਾਜ ਇਹੋ ਜਿਹੀਆਂ ਰੰਗ ਰਤਣੀਆਂ ਰੂਹਾਂ ਦੀ ਤੂੜੀ ਸਾਨੂੰ ਵੀ ਬਖਸ਼ ਸਾਡੇ ਤੇ ਵੀ ਕਿਰਪਾ ਕਰ ਕਿਹੜੀ ਕਿਰਪਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਜਿਨ ਕੇ ਚੋਲੇ ਰਤੜੇ ਅਰਦਾਸ